दाता भरम रख दे लज्जा पाल देने इत्थे पीर फकीर अमीर सारे मन ता मन देने दीवे बाल देने पीर होर भी दुनिया च हैं भावे बुटली शाह कमाल देने बड़ी निजामी अल्लाह दा शान वेखो कन्या भुखियां नू दाता पाल देने बाबे बुद्धी निशान जीदा बनते सही मुंह मंगिया मुरादा पावे गो इक बार साईं दा बनते सही मुंह मंगिया मुरादा पावे गो इक बार साईं दा बनते सही मुंह मंगिया मुरादा पावे गो इक बार साईं दा बाबा बुड्ढन शाह जी फकीर पीर पीरां दे पीर जिथे पूरी दुनिया सजदा करती है जिथे लोकां दीआं सुखां वर आउंदीआं जिन्हां दा स्थान कीर्तपुर साहब दे विच जिथे लोकी अदब नाल मत्था टेकदे आ सलाम करदे आ सो बाबा जी दी उम्र 802 साल 13 दिन दी होई है जी दे विच उन्हां ने 775 साल सिर्फ बंदगी की थी। ताजदारां दे ना अमीरां दे दीवे वलदे सदा फकीरां दे ना ऊचे रोज़ियां वालियां दी दरगाह विच भी सरदारी है ये
ਪੀਰਾਂ ਦਾ ਬਾਬਾ ਬੁੱਢਣ ਸ਼ਾਹ ਜੀ ਜਿਨ੍ਹਾਂ ਨੇ ਕਿ ਬੱਕਰੀਆਂ ਰੱਖੀਆਂ ਹੋਈਆਂ ਸੀ ਪਰ ਉਹ ਕਮਾਲ ਐਸਾ ਸੀ ਕਿ ਬਾਬਾ ਜੀ ਦੀਆਂ ਬੱਕਰੀਆਂ ਸ਼ੇਰ ਚਾਰਿਆ ਕਰਦਾ ਸੀ ਉਹਨਾਂ ਦਾ ਪਹਿਰੇਦਾਰ ਉਹਨਾਂ ਦਾ ਬੱਕਰੀਆਂ ਚਾਰਨ ਵਾਲਾ ਜੋ ਸੀ ਉਹ ਸ਼ੇਰ ਸੀ ਬੜਾ ਕਮਾਲ ਸੀ ਕਿਉਂਕਿ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਬਸ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾ ਸੰਤਾਂ ਦਾ ਚਾਹ ਪੂਰੀ ਹੋ ਜਾ ਹਰ ਦਿਲ ਦੀ ਹੋਵੇ ਪ੍ਰਵਾਸਾ ਸੰਤਾਂ ਦਾ ਪੁੱਟ ਦਿੰਦੇ ਚਲਾ ਵਰਸ਼ ਦੀਆਂ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ ਇਸ ਦਰ ਤੇ ਜੋ ਵੀ ਆ ਜਾਵੇ ਉਹਨੂੰ ਥੋੜੀ ਕੋਈ ਨਾ ਰਹਿੰਦੀ ਏ ਸਾਈਂ ਸੁੱਤੜੇ ਵਾਂਗ ਜਗਾ ਦੇਵੇ ਇਹ ਸਾਰੀ ਦੁਨੀਆ ਕਹਿੰਦੀ ਏ ਇਸ ਦਰ ਤੇ ਜੋ ਵੀ ਆ ਜਾਵੇ ਉਹਨੂੰ ਥੋੜੀ ਕੋਈ ਨਾ ਸ਼ਫੀ ਮੌਕਾ ਖੁੰਝ ਗਿਆ ਜੇ ਹੱਥੋਂ ਸ਼ਫੀ ਮੌਕਾ ਖੁੰਝ ਗਿਆ ਜੇ ਹੱਥੋਂ ਫਿਰ ਵੇਲੇ ਨੂੰ ਪਛਤਾਵਾ ਮੇਰਾ ਬਾਬੇ ਬੁੱਢਣ ਸ਼ਾਹ ਜੀ ਦਾ ਬਣਦੇ ਸਹੀ ਮੂੰਹ ਮੰਗੀਆਂ ਮੁਰਾ ਮੰਗੀਆਂ ਮੁਰਾਦਾਂ ਪਾਵੇਗਾ ਬਾਬੇ ਬੁੱਢਣ ਸ਼ਾਹ ਜੀ ਦਾ ਇਹ
ਆਖੀ ਦੈ ਬਸ ਤੂੰ ਹੀ ਤੂੰ Allah, 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 Allah.
ਚਮਕਿਆ ਦੀਵਾ ਨਦੀਆਂ ਪਾਰ ਜਗਦਾ ਖੁੱਲੀ ਵਈ ਫਕੀਰ ਦੇ ਵਿੱਚੋਂ ਅੱਲਾਹੂ ਅੱਲਾਹੂ ਅੱਲਾਹ ਅੱਲਾਹੂ ਅੱਲਾਹ Yeah.
ਪੀਰਾ ਵੇ ਜਿੱਧਰ ਨੂੰ ਵੇਖਾਂ ਦਿਸੇ ਅੱਲਾ ਦੇ ਵਜ਼ੀਰਾ ਵੇ ਰੋਮ ਰੋਮ ਮੇਰਾ ਬੋਲੇ ਨਾ ਤੇਰਾ ਪੀਰਾ ਵੇ ਜਿੱਧਰ ਨੂੰ ਦੇਖਾਂ ਦਿਸੇ ਅੱਲਾ ਦੇ ਵਜ਼ੀਰਾ ਵੇ ਵੇਖ ਕੇ ਨਜ਼ਾਰਾ ਸੋਚਾ ਸੋਚਦੀ ਕਿ ਮੈਥੋਂ ਕਾ ਤੋਂ ਦੇਰੀ ਹੋ ਗਈ ਤੇਰੇ ਦਰ ਤੋਂ ਮੁਰਾਦਾ ਲੈਣ ਆਈ ਸਾ ਪੀਰਾ ਵੇ ਮੈਂ ਤਾਂ ਤੇਰੀ ਹੋ ਗਈ ਉਹ ਕੱਢ ਮਨ ਚੌਂਕਿਆਲ ਸਾਰੇ ਜੰਗਦਾ ਮੈਂ ਸੁਣਦੀ ਸੀ ਲੋਕਾਂ ਕੋਲੋਂ ਤੇਰੀਆਂ ਤਰੀਫਾਂ ਵੇ ਬਦਲੀਆਂ ਮੇਰੇ ਵੀ ਤੂੰ ਮੱਥੇ ਦੀਆਂ ਲੀਕਾਂ ਵੇ ਪੀਰਾ ਤੇਰੀਆਂ ਗੀ ਨੇਮਤਾਂ ਦੇ ਸਦਕੇ ਮੇਰੀ ਵੀ ਪਾਰ ਬੇੜੀ ਹੋ ਗਈ
ਗਿਣ ਸ਼ਸਾਈ ਮੇਰਾ ਜਗ ਤੇ ਮਹਾਨ ਏ ਬੁੱਢਣ ਸ਼ਸਾਈ ਮੇਰਾ ਜਗ ਤੇ ਮਹਾਨ ਏ ਸੰਗਤਾਂ ਤੇ ਮੇਰਾ ਸਾਈ ਖੁਸ਼ ਹੋ ਜਾਵੇ ਸੰਗਤਾਂ ਤੇ ਮੇਰਾ ਸਾਈ ਖੁਸ਼ ਹੋ ਜਾਵੇ ਉਹਨਾਂ ਦੀ ਤਾਂ ਗੁੱਡੀ ਨੀਲੇ ਅੰਬਰਾਂ ਨੂੰ ਛੋ ਜਾਵੇ ਉਹਨਾਂ ਦੀ ਤਾਂ ਗੁੱਡੀ ਨੀਲੇ ਅੰਬਰਾਂ ਨੂੰ ਛੋ ਜਾਵੇ ਪਾਪੀਆਂ ਦਾ ਇੱਥੇ ਆ ਕੇ ਪਾਪੀਆਂ ਦਾ ਇੱਥੇ ਆ ਕੇ ਮੁੱਕਦਾ ਗੁਮਾਨ ਏ ਬੁੱਢਣ ਸ਼ਸਾਈ ਮੇਰਾ ਜਗ ਤੇ ਮਹਾਨ ਏ ਸਾਈ ਮੇਰਾ ਜਗ ਤੇ ਮਹਾਨ ਏ ਸ਼ਸਾਈ ਮੇਰਾ ਜਗ ਤੇ ਮਹਾਨ ਏ ਸ਼ਸਾਈ ਮੇਰਾ ਜਗ ਤੇ ਮਹਾਨ ਏ ਬੁੱਢਣ ਸ਼ਸਾਈ ਮੇਰਾ ਜਗ ਤੇ ਮਹਾਨ ਏ ਵੱਖਰੀ ਏ ਸ਼ਾਨ ਮੇਰੇ ਸਾਈ ਦੇ ਦੁਆਰ ਦੀ ਲਿਖਦੀ ਕਲਮ ਸੱਚੀ ਪ੍ਰੀਤ ਬਲਿਹਾਰ ਦੀ ਲਿਖਦੀ ਕਲਮ ਸੱਚੀ ਪ੍ਰੀਤ ਬਲਿਹਾਰ ਦੀ ਭਰੀ ਜਾਂਦਾ ਪੱਲੇ ਸਾਈ ਹੋਇਆ ਮਿਹਰਬਾਨ ਏ ਬੁੱਢਣ ਸ਼ਸਾਈ ਮੇਰਾ ਜਗ ਤੇ ਮਹਾਨ ਏ ਸ਼ਸਾਈ ਮੇਰਾ ਜਗ ਤੇ ਮਹਾਨ ਏ ਬੁੱਢਣ ਸ਼ਸਾਈ ਮੇਰਾ ਜਗ ਤੇ ਮਹਾਨ ਏ ਸ਼ਾਹ
ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨਾਲ ਹੋਈ। ਫਕੀਰਾਂ ਦਾ ਆਪੋ ਵਿੱਚ ਮਿਲਾਪ ਹੋਇਆ, ਦੁਆ ਸਲਾਮ ਹੋਈ। ਸਾਈਂ ਜੀ ਨੇ ਆਖਿਆ, ਪਾਤਸ਼ਾਹ ਇਸ ਸਮੇਂ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਸਾਈਂ ਜੀ ਜੋ ਤੁਹਾਨੂੰ ਚੰਗਾ ਲੱਗਦਾ। ਸਾਈਂ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ, ਜਾ ਕੇ ਦੁੱਧ ਚੋਇਆ ਤੇ ਦੁੱਧ ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਖਿਦਮਤ ਵਿੱਚ ਪੇਸ਼ ਕੀਤਾ। ਲਓ ਪਾਤਸ਼ਾਹ, ਬਾਬਾ ਜੀ ਦੁੱਧ ਪੀਓ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ, ਸਾਈਂ ਜੀ ਤੁਹਾਡਾ ਦੁੱਧ ਸਿਰ ਮੱਥੇ ਤੁਹਾਡੀ ਸੇਵਾ, ਪਰ ਇਹ ਦੁੱਧ ਬਾਲਾ ਮਰਦਾਨਾ ਪੀਣਗੇ ਮੇਰੇ ਸਾਥੀ। ਸਾਈਂ ਜੀ ਜੋ ਸਾਡੀ ਇਮਾਨਤ ਹੈ ਇਹ ਸਾਂਭ ਕੇ ਰੱਖ ਲਿਓ, ਇਹ ਦੁੱਧ ਅਸੀਂ ਹੁਣ ਛੇਵੇਂ ਜਾਮੇ ਜਾ ਕੇ ਛਕਾਂਗੇ। ਗੁਰੂ ਨਾਨਕ ਨੇ ਕੀਤੀ ਪੂਰੀ ਸਾਈਂ ਦੀ ਮੁਰਾਦ, ਬਾਬਾ ਬੁੱਢਣ ਸ਼ਾਹ ਜੀ ਨੇ 775 ਸਾਲ ਬੰਦਗੀ ਕੀਤੀ।
अज 102 साल 13 दिन की लंबी उम्र भोग के उस मालिक की बंदगी दे विच लीन होके ज्योति जोत समाए ते अज उस दरबार उत्ते मेले लगे लोगों दी मनोकामना पूरियां होनियां ते तमाम दुनिया सजदा करदी इक्को गल कहिंदी कैसा अजब नजारा कैसा अजब नजारा मेरी सरकार दा गो मेरे साईं दियां बकरियां शेर चार दा जी बुढ़न शादियां बकरियां शेर चार दा जी बुढ़न शादियां बकरियां ऐसा अजब नजारा मेरी सरकार दा कैसा अजब नजारा मेरी सरकार दा कैसा अजब नजारा कैसा अजब नजारा मेरी सरकार दा गो मेरे साईं सजदा 100 सौ सलाम तेनों जिन्हें डुबदियां बेड़ियां तारी लख दा तां लाना वाली सरकार जिन्हां ने तानी जट्टी का भी मोया पुत्र जिउंदा कर दिता उन्हां दे लई मैं इहो गल कहनी चाहांगा कि खाने काबे दे वांग है मजा आउंदा एवें लोग ने तेरा तवाफ कर दे ते ओ बदल मुकद्दरा मेरिया नूं लगी दिलां तों मैल नूं साफ कर दे मंगना खैर मैं तेरे दीवानिया दी दाता तेरे हथ तराजू इंसाफ कर दे बड़ी हथा नु जोड़िया अर्ज करदा ओना साडिया दातिया माफ कर लाला वाले आ, तेरा है दर ऐसा हिंकड़ वाले दे सर चुक जांदे जब एक के निगाहें वाले
ਸਾਈਆਂ ਦਰ ਮੱਲਿਆ ਉਦਰ ਮੱਲਿਆ ਜਾ ਅੱਲਾ ਦੇ ਵਜ਼ੀਰ ਦਾ ਮੱਕੇ ਦਾ ਮੇਰਾ ਹੱਜ ਹੋ ਗਿਆ ਸ਼ਾਨ ਨਿਰਾਲੀ।
ਇਦਾਂ ਮਿੱਟੀ ਵੀ ਹੋ ਇਦਾਂ ਮਿੱਟੀ ਵੀ ਹੋ ਮਿੱਟੀ ਵੀ ਹੈ ਰਹਿਮਤ ਵਾਲੀ ਵੀਰਾ ਵੇ ਨਿਗਾਹੇ ਸ਼ਾਨ ਨਿਰਾਲੀ ਪੀਰਾਂ ਵੇ ਨਿਗਾਹ ਗਏ ਵਾਲਿਆ ਛੱਡੀ ਹਰ ਰੰਗ ਐਸਾ ਲਾਇਆ ਕਾਦਰ ਦੀ ਕੁਦਰਤ ਦਾ ਜਮਲਾ ਜੱਟਾ ਤੇਰਾ ਭੇਦ ਕਿਸੇ ਨਾ ਪਾਇਆ ਦੋਸਤੋ ਇਹ ਜੋ ਸੂਫੀਆਂ ਦਾ ਰੰਗ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ ਇਹਦੇ ਵਿੱਚ ਕੋਈ ਇਸ਼ਕ ਮੁਜਾਜ਼ੀ ਵਾਲੀ ਗੱਲ ਨਹੀਂ ਹੈ ਬਲਕਿ ਇਸ਼ਕ ਹਕੀਕੀ ਦੀ ਗੱਲ ਸਾਨੂੰ ਠੱਗ ਲੈਣਾ ਕਈਆਂ ਨੂੰ ਤੂੰ ਠੱਗ ਗਈ ਇਹ ਰੂਹ ਅਤੇ ਬੁੱਤ ਦੇ ਸਵਾਲ ਜਵਾਬ ਨੇ ਜਿਹੜੀ ਰੂਹ ਹੈ ਉਹ ਬੁੱਤ ਨੂੰ ਕਹਿੰਦੀ ਹੈ ਇਹ ਕੋਈ ਅੱਜ ਕੱਲ੍ਹ ਦੀ ਗੱਲ ਨਹੀਂ ਕੋਈ ਨਵੀਂ ਗੱਲ ਨਹੀਂ ਇੱਕ ਬਹੁਤ ਪਾਕ ਬੜੀ ਪੁਰਾਣੀ ਗੱਲ ਹੈ ਕਿ ਸਾਨੂੰ ਠੱਗ ਲੈਣਾ ਕਈਆਂ ਨੂੰ ਤੂੰ ਠੱਗ ਗਈ ਨੀ ਤੇਰੇ ਨਾਲ ਕੀ ਲਾਉਣੀਆਂ ਸਾਡੀ ਲੱਗਣੀ ਸੀ ਸਾਈਆਂ ਨਾਲ ਲੱਗ ਗਈ ਨੀ ਤੇਰੇ ਨਾਲ ਕੀ ਲਾਉਣੀ ਸਾਨੂੰ
सानू ठग लेना ਵਾਲਿਆ ਮੂਰਖਾਂ ਪੱਕੀਆਂ ਚ ਰਹਿਣ ਵਾਲਿਆ
ਸ਼ੈਤਾਨ ਦਾ ਬਣ ਕੇ ਤੂੰ ਬਹਿ ਗਿਆ ਏ ਜਰ ਖਾ ਸ਼ੈਤਾਨ ਦਾ ਉਹ ਭੇਜਿਆ ਸੀ ਉਹਨੇ ਦੇ ਕੇ ਜਾਮਾ ਇਨਸਾਨ ਦਾ ਬਣ ਕੇ ਤੂੰ ਬਹਿ ਗਿਆ ਏ ਜਰ ਖਾ ਸ਼ੈਤਾਨ ਦਾ ਬਣ ਕੇ ਤੂੰ ਬਹਿ ਗਿਆ ਏ ਜਰ ਖਾ ਸ਼ੈਤਾਨ ਦਾ ਅੱਜ ਢੋਂਦਾ ਫਿਰੇ ਬਣ ਕੇ ਹੰਕਾਰੀ ਵੇ ਚਰਨਾਂ ਚ ਠਹਿਣ ਵਾਲਿਆ ਰਹਿਣ ਵਾਲਿਆ ਮੂਰਖਾਂ ਪੱਕੀਆਂ ਚ ਰਹਿਣ ਵਾਲਿਆ ਬੰਦਿਆਂ ਪੱਕੀਆਂ ਚ ਰਹਿਣ ਵਾਲਿਆ ਹੋ ਗਿਆ ਕਰਾਇਆ ਜਿਸ ਦਿਨ ਉਹਦਾ ਪੂਰਾ ਹੈ ਸਭ ਕੁਝ ਤੁਰ ਜਾਣਾ ਛੱਡ ਕੇ ਅਧੂਰਾ ਹੈ ਸਰੀਰਾਂ ਦਾ ਉਹ ਮਾਣ ਕੀ